ਇਹ ਮਸਲਾ ਕੱਲੇ ਜੱਸੇ ਦੇ ਸੁਸਾਈਡ ਦਾ ਮਸਲਾ ਨਹੀਂ, ਸਗੋਂ ਦੁਨੀਆ ਭਰ ਦੇ ਵਿਦਿਆਰਥੀਆਂ ਦਾ ਸਾਂਝਾ ਮਸਲਾ। ਭਾਈ 3 ਦਿਨ ਹੋ ਗਏ ਇੱਥੇ ਬੈਠਿਆਂ ਨੂੰ, ਸਾਡੀ ਕੋਈ ਸੁਣਵਾਈ ਨਹੀਂ। ਜਿੰਨਾ ਚਿਰ ਉਹ ਵਧੀਆਂ ਹੋਈਆਂ ਫੀਸਾਂ ਦੇ ਫੈਸਲੇ ਵਾਪਸ ਨਹੀਂ ਲੈ ਲੈਂਦੇ ਤੇ ਜੱਸੇ ਨੂੰ ਇਨਸਾਫ਼ ਨਹੀਂ ਮਿਲਦਾ। ਉੱਠਦੇ ਅਸੀਂ ਵੀ ਮੰਤਰੀ ਸਾਹਿਬ, ਇਸ ਤੋਂ ਪਹਿਲਾਂ ਕਿ ਗੱਲ ਮੀਡੀਆ 'ਚ ਆਵੇ, ਚੁਕਾਓ ਇਹਨਾਂ ਜਵਾਕਾਂ ਜਿੰਨੀ ਢਿੱਡ ਫੋੜੀ। ਫਿਰ ਬੁਲਾਓ ਇਹਨਾਂ ਦੇ ਲੀਡਰ ਨੂੰ। ਈਐਨ, ਬੁਲਾਓ ਇਹਨਾਂ ਨੂੰ। ਕਾਕਾ ਜੀ, ਗੁੱਸਾ ਨਹੀਂ ਕਰੀਦਾ, ਠੰਡੇ ਰਹੀਦਾ, ਠੰਡੇ। ਕਾਕਾ ਜੀ, ਤੁਹਾਨੂੰ ਵੀ ਕੋਈ ਯੂਥ ਦੀ ਪ੍ਰਧਾਨਗੀ ਦੇ ਦਿਆਂਗੇ। ਹਾਲੇ ਕੋਈ ਤੁਹਾਡਾ ਸਕਾ ਭਰਾ ਥੋੜਾ ਮਰਿਆ। ਅਸਾ ਉਹ ਕੁੱਤੀ ਬਿੱਲੀ ਮਰਦੀ ਰਹਿੰਦੀ ਹੈ। ਉਹ ਜੈਨੂਅਨ ਬੰਦਿਆਂ ਨਾ ਬਹਿਣੀ ਉੱਠਣੀ, ਚੌਣ ਬਾਜ਼ੀਆਂ ਤੋਂ ਲੈਮੀਨੇਟ ਗੱਭਰੂ। ਉਹ ਜੈਂਟਲ ਜੀ ਲੁੱਕ ਤੇ ਕਰੀਮ ਡੁੱਲਦੀ, ਤਾਂ ਵੀ ਬਹੁਤਾ ਚੱਕਦਾ ਨਾ ਰੇਟ ਗੱਭਰੂ। ਉਹ ਜੈਂਟਲ ਜੀ ਲੁੱਕ ਤੇ ਕਰੀਮ ਡੁੱਲਦੀ, ਤਾਂ ਵੀ ਬਹੁਤਾ ਚੱਕਦਾ ਨਾ ਰੇਟ ਗੱਭਰੂ। ਕਦੇ ਨਾ ਰਲਾਈ ਵਿਸਕੀ, ਤੋਰ ਪਾਵੇਂ ਮੁੱਢ ਤੋਂ ਸ਼ਰਾਬੀ ਚੱਟ ਦੀ। ਵੈਰੀਆਂ ਦੀ ਗਲੀ ਚੋਂ ਸ਼ਕੀਨ ਲੰਘਦਾ, ਦੜ ਦੜ ਸੁਣੇ ਗੁਰ ਗਾਬੀ ਚੱਟ ਦੀ। ਓਏ ਖੂਨ ਵਿੱਚ ਕਦੇ ਨਾ ਰਲਾਈ ਵਿਸਕੀ, ਤੋਰ ਪਾਵੇਂ ਮੁੱਢ ਤੋਂ ਸ਼ਰਾਬੀ ਚੱਟ ਦੀ। ਵੈਰੀਆਂ ਦੀ ਗਲੀ ਚੋਂ ਸ਼ਕੀਨ ਲੰਘਦਾ, ਦੜ ਦੜ ਸੁਣੇ ਗੁਰ ਗਾਬੀ ਚੱਟ ਦੀ। ਯਾਰ ਦੀ ਫਰੰਟ ਤੇ ਨਾ ਅੱਖ ਰੱਖੀਏ, ਪੱਕਾ ਮੁੱਲ ਪੈਂਦਾ ਸੁਥਰੇ ਇਮਾਨ ਦਾ। ਕੋੜੇ ਹਾਲੀ ਕੱਢਣੇ,